I'm sorry.
ਪ੍ਰਾਨ ਦੇ ਭਗਤੀ ਲਾਇਨ ਹਾਸੋ ਲੈਣ ਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਣ ਸੱਚੀ ਵਡਿਆਈ ਜਿਸਕੇ ਸੇ ਤਿਨ ਜਾਤੇ ਪੱਖਾਂ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀਰਤਨ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾ ਸਾ ਧਰਤੀ ਪਈ ਦਰਿਆ ਬਲੀ ਜਿੱਤੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਦਰਿਆ ਬਲੇ ਜਿਵੇਂ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ ਇੱਥੇ ਬੈਠ ਕੇ ਸਤ
ਸਤਿਕਾਰ ਜੀ ਗੁਰੂ ਸਵਾਰੀ ਗੁਰੂ ਪਿਆਰੇ ਗੁਰੂ ਖਾਲਸਾ ਸਾਹਿਬ ਸਿੰਘ ਜੀ ਆਪ ਸਭਾ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਪ੍ਰਕਾਸ਼ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ। ਸੋ ਵਿਸ਼ੇਸ਼ ਕਰਕੇ ਧੰਨਵਾਦ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਲੰਗਰਾਂ ਦੀ ਸੇਵਾ ਵਾਲੇ, ਸੋ ਜਿਨ੍ਹਾਂ ਨੇ ਹੁਕਮ ਕੀਤਾ ਸੀ ਦਸ ਨੂੰ ਹਾਜ਼ਰੀ ਭਰਨ ਦੇ ਲਈ, ਜਥੇਦਾਰ ਜੀ ਬੈਠੇ ਨੇ, ਭਾਵੇਂ ਉਹਨਾਂ ਨੇ ਆਪਦੇ ਅਨੁਵਾਦ ਵਿੱਚ ਕੀਰਤਨ ਦੁਆਰਾ ਨਿਹਾਲ ਕਰਨਾ, ਸੋ ਉਹਨਾਂ ਦਾ ਵੀ ਸਮੂਹ ਜਥੇ ਦਾ ਧੰਨਵਾਦ, ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ। ਸਵਾਓ ਸਵਾਦ ਸੰਤਾਂ ਨੂੰ ਪ੍ਰਵਾਦ ਫਿਰ ਲੱਖ ਲੱਖ ਵਧਾਈ ਹੋਵੇ। ਸੋ ਦੋ ਮਿੰਟ ਦੇ ਲਈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਗੁਰਬਾਣੀ ਕਰਨਾ ਜੀ ਸਾਰੀ ਸੰਗਤ ਦੇ ਆਹ
ਠਾਕੁਰ ਆਪਣੇ ਤੇ ਸੋਈ ਸੋਈ ਦੇ ਗਏ। ਸੱਚੇ ਪਾਤਸ਼ਾਹ ਜੀ ਉਹੀ ਕੁੱਝ ਉਹਨਾਂ ਦੀ ਝੋਲੀ ਦੇ ਵਿੱਚ ਪਾ ਦਿੰਦੇ ਨੇ। ਜਿਹੜਾ ਵੀ ਕੋਈ ਦਾਤ ਮੰਗਣ ਵਾਸਤੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਉਂਦਾ ਹੈ, ਪਰ ਸ਼ਰਤ ਹੈ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਹੈ, ਤੁਹਾਡੀ ਸ਼ਰਧਾ ਗੁਰੂ ਪਾਤਸ਼ਾਹ ਜੀ ਦੇ ਉੱਤੇ ਪੂਰਨ ਹੋਣੀ ਚਾਹੀਦੀ ਹੈ। ਤੇ ਸੱਚੇ ਪਾਤਸ਼ਾਹ ਜੀ ਤਾਂ ਪੂਰੇ ਨੇ, ਇਹਦੇ ਵਿੱਚ ਤਾਂ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਹੈਗੀ ਗੁਰਮੁਖੋ। ਤੇ ਸਤਿਗੁਰੂ ਜੀ ਕਹਿੰਦੇ ਗੁਰਬਾਣੀ ਦੇ ਵਿੱਚ ਸਾਨੂੰ ਲਿਖ ਕੇ ਦਿੱਤਾ ਇਹ ਗੱਲ, ਕਹਿੰਦੇ ਜਿਹੜਾ ਵੀ ਕੁਝ ਮੰਗ ਲਏਗਾ ਪਿਆਰਿਆ ਸ਼ਰਧਾ ਭਾਵਨਾ ਦੇ ਨਾਲ ਵਿਸ਼ਵਾਸ ਕਰਕੇ ਮੰਗ ਕੇ ਵੇਖੀ, ਸਤਿਗੁਰੂ ਜੀ ਨੇ ਤੇਰੀ ਝੋਲੀ ਦੇ ਵਿੱਚ ਉਹ ਪਾ ਦੇਣਾ ਸਤ ਸੰਗਤ ਜੀ, ਕਿਉਂਕਿ ਗਰੀਬ ਨਿਵਾਜ ਨੇ, ਗਰੀਬ ਬਣ ਕੇ ਆਈ, ਮਨ ਦਾ ਹੰਕਾਰ ਲੈ ਕੇ ਨਾ ਆਈ, ਮਨ ਦੀ ਗਰੀਬੀ ਧਾਰਨ ਕਰਕੇ ਆਈ। ਜਦੋਂ ਗੁਰੂ ਪਾਤਸ਼ਾਹ ਜੀ ਅਜੇ ਛੋਟੇ ਜੀ ਸੀ ਨਾ, ਤੇ ਜਦੋਂ ਸਤ ਸੰਗਤ ਜੀ ਘਰ ਦੇ ਵਿੱਚ ਵਿਆਹ ਦਾ ਸਮਾਂ ਸੀ, ਤੇ ਵਿਆਹ ਦੇ ਸਮੇਂ ਨੂੰ ਮੁੱਖ ਰੱਖ ਕੇ ਸਤ ਸੰਗਤ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਛੋਟੀ ਜੀ ਅਵਸਥਾ ਦੇ ਵਿੱਚ ਨੇ, ਤੇ ਪਿਆਰਿਓ ਉੱਤੇ ਕਹਿੰਦੇ ਨਵੇਂ ਵਸਤਰ ਸਲਾਏ ਗਏ ਸੱਚੇ ਪਾਤਸ਼ਾਹ ਜੀ ਨੂੰ, ਵਿਆਹ ਦੀ ਜੱਜ ਚੜ੍ਹਨੀ ਸੀ ਸਤ ਸੰਗਤ ਦੀ। ਤੇ ਪਿਆਰਿਓ ਉਸ ਵਕਤ ਕਹਿੰਦੇ ਜਦੋਂ ਘਰ ਤੋਂ ਬਾਹਰ ਖੇਡਦੇ ਖੇਡਦੇ ਨਿਕਲੇ ਨਾ, ਤੇ ਇੱਕ ਛੋਟਾ ਜਿਹਾ ਬੱਚਾ ਸਤ ਸੰਗਤ ਜੀ ਉਹਨਾਂ ਦਾ ਰਾਣੀ, ਤੇ ਜਦੋਂ ਉਹਨਾਂ ਨੇ ਵੇਖਿਆ ਉਹਦੇ ਕੋਲ ਬਹੁਤੇ ਕੀਮਤੀ ਵਸਤਰ ਨਹੀਂ ਪਾਏ ਹੋਏ ਸੀ ਸਤ ਸੰਗਤ ਜੀ, ਫਟੇ ਪੁਰਾਣੇ ਜੇ ਵਸਤਰ ਪਾਏ ਹੋਏ ਸੀ ਉਹਨਾਂ ਦੇ, ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਛੋਟੀ ਜਿਹੀ ਅਵਸਥਾ ਦੇ ਵਿੱਚ ਨਾਮ ਭਾਵੇਂ ਪਹਿਲਾਂ ਸਾਧ ਸੰਗਤ ਜੀ, ਤੇ ਗੁਰਮੁਖੋ ਉਸ ਵਕਤ ਕਹਿੰਦੇ ਉਹਨਾਂ ਨੇ ਵੇਖਿਆ ਦਇਆ ਆਈ ਮਨ ਦੇ ਵਿੱਚ, ਦਇਆ ਆਈ ਮਨ ਦੇ ਵਿੱਚ, ਕਹਿੰਦੇ ਇੰਨੀ ਠੰਡ ਹੈ ਤੇ ਠੰਡ ਦੇ ਵਿੱਚ ਆ ਫਟੇ ਪੁਰਾਣੇ ਵਸਤਰ ਪਾਈ ਫਿਰਦਾ, ਆ ਪੁਸ਼ਾਕ ਲੈ ਜਾ ਆਪਣੀ ਉਤਾਰ ਕੇ ਦੇ ਦਿੱਤੀ, ਤੇ ਨਾਲ ਬੜੇ ਕੀਮਤੀ ਕੰਗਣ ਪਾਏ ਹੋਏ ਸੀ ਗੁਰੂ ਪਾਤਸ਼ਾਹ ਜੀ ਦੇ, ਤੇ ਸਾਧ ਸੰਗਤ ਜੀ ਉਹ ਵੀ ਉਤਾਰ ਕੇ ਦੇ ਦਿੱਤੇ, ਕਹਿੰਦੇ ਆ ਜਾਓ ਲੈ ਜਾਓ। ਤੇ ਸਾਧ ਸੰਗਤ ਜੀ ਕਹਿੰਦੇ ਆਪਣੀ ਗਰੀਬੀ ਦੂਰ ਕਰੋ ਆਖੋ ਸਤਨਾਮ, ਭਾਵੇਂ ਮੰਗਿਆ ਨਹੀਂ ਸੀ ਸਾਧ ਸੰਗਤ ਜੀ, ਪਰ ਦਿਆਲੂ ਕਿਰਪਾਲੂ ਸੱਚੇ ਪਾਤਸ਼ਾਹ ਜੀ ਸੁਰੂ ਤੋਂ ਹੀ ਤਿਆਗ ਦੀ ਮੂਰਤ ਸੀ, ਅਵਸਥਾ ਸੀ ਸਾਧ ਸੰਗਤ ਜੀ ਐਸੀ। ਤੇ ਮਾਤਾ ਜਦੋਂ ਗੁਜ਼ਰ ਕਰ ਆਪਣੇ ਮਾਤਾ ਸਤ ਸੰਗਤ ਜੀ ਉਹਨਾਂ ਨੂੰ ਲੈ ਕੇ ਗਏ ਗੁਰੂ ਹਰਕ੍ਰਿਸ਼ਨ ਜੀ ਹਰ ਛੇਵੇਂ ਪਾਤਸ਼ਾਹ ਜੀ ਦੇ ਕੋਲ, ਤੇ ਸਤ ਸੰਗਤ ਜੀ ਜਦੋਂ ਉਹਨਾਂ ਨੂੰ ਲੈ ਕੇ ਗਏ ਨਾ, ਕਹਿੰਦੇ ਆ ਦੇਖੋ ਇਹਨਾਂ ਨੇ ਆਪਣੀ ਪਿਸ਼ਾਬ ਵੀ ਲਾ ਕੇ ਦੇ ਦਿੱਤੀ, ਤੇ ਨਾਲ ਉਹ ਜਿਹੜੇ ਬੜੇ ਕੀਮਤੀ ਕੰਗਣ ਸੀ ਉਹ ਵੀ ਦੇ ਦਿੱਤੇ ਸਤ ਸੰਗਤ ਜੀ, ਤੇ ਉਹਨਾਂ ਨੇ ਬੜੇ ਪਿਆਰ ਦੇ ਨਾਲ ਫਿਰ ਗੋਦ ਦੇ ਵਿੱਚ ਲਿਆ। ਮਾਤਾ ਨਾਨਕੀ ਜੀ ਵੇਖ ਰਹੇ ਨੇ, ਤੇ ਸਤ ਸੰਗਤ ਜੀ ਛੇਵੇਂ ਪਾਤਸ਼ਾਹ ਜੀ ਨੇ ਬੜੀ ਪਿਆਰ ਦੇ ਨਾਲ ਉਹਨਾਂ ਨੂੰ ਗੋਦ ਦੇ ਵਿੱਚ ਚੁੱਕਿਆ, ਤੇ ਸਾਧ ਸੰਗਤ ਜੀ ਕਹਿ ਦਿੱਤਾ ਕਹਿੰਦੇ ਅੱਜ ਤਾਂ ਇਹਨਾਂ ਨੇ ਵਸਤਰਾਂ ਦਾ ਤੇਲ ਗਹਿਣਿਆਂ ਦਾ ਹੀ ਤਿਆਗ ਕੀਤਾ, ਕਿਸੇ ਦਾ ਤਨ ਢੱਕਿਆ ਹੈ, ਸਮਾਂ ਆਵੇਗਾ ਸਾਧ ਸੰਗਤ ਜੀ ਇਹਨਾਂ ਦੇ ਦਰ ਦੇ ਉੱਤੇ ਕੋਈ ਵੀ ਆਵੇ, ਤੇ ਸਾਧ ਸੰਗਤ ਜੀ ਉਹਨਾਂ ਨੇ ਸਾਰਿਆਂ ਦਾ ਹੀ ਤਨ ਢੱਕ ਦੇਣਾ ਹੈ ਆਖੋ ਸਤਨਾਮ, ਆਪਣੇ ਸਰੀਰ ਦਾ ਵੀ ਇਹਨਾਂ ਨੇ ਤਿਆਗ ਕਰ ਦੇਣਾ, ਅੱਜ ਤਾਂ ਇਹਨਾਂ ਨੇ ਵਸਤਰਾਂ ਦਾ ਤੇ ਆ ਗਹਿਣਿਆਂ ਦਾ ਹੀ ਤਿਆਗ ਕੀਤਾ, ਕਹਿੰਦੇ ਸਮਾਂ ਆਊਗਾ ਤੇ ਸਾਧ ਸੰਗਤ ਜੀ ਇਹਨਾਂ ਨੇ ਆਪਣੇ ਸਰੀਰ ਦਾ ਵੀ ਤਿਆਗ ਕਰ ਦੇਣਾ ਹੈ,
ਦੂਸਰੇ ਦੇ ਸਾਧ ਸੰਗਤ ਦੀ ਤਨ ਢੱਕਣ ਵਾਸਤੇ ਧਰਮ ਨੂੰ ਰੱਖਿਆ ਦੇ ਵਾਸਤੇ ਤੇ ਸੱਚੇ ਪਾਤਸ਼ਾਹ ਜੀ ਦੇ ਫਿਰ ਵਚਨ ਗੁਰੂ ਕੋ ਫਿਰ ਪੂਰੇ ਹੋਏ ਸਤਿਗੁਰੂ ਜੀ ਦੇ ਤੇ ਇਸੇ ਕਰਕੇ ਸਾਧ ਸੰਗਤ ਦੀ ਜਦੋਂ ਅਜੇ ਥੋੜੀ ਜਿਹੀ ਅਵਸਥਾ ਹੋਈ ਸੀ ਨਾ ਆਪਾਂ ਤਾਂ ਮੂਰਤਾਂ ਦੇ ਵਿੱਚ ਵੇਖਦੇ ਹਾਂ ਫੋਟੋਆਂ ਦੇ ਵਿੱਚ ਵੇਖਦੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੜੇ ਆਨੰਦ ਦੇ ਵਿੱਚ ਬੈਠੇ ਹੁੰਦੇ ਨੇ ਤੇ ਆਪਾਂ ਨਹੀਂ ਦੇਖਦੇ ਸਾਧ ਸੰਗਤ ਜੀ ਵੀ ਉਹਨਾਂ ਦਾ ਜੀਵਨ ਹੋਰ ਵੀ ਕਿਸੇ ਤਰ੍ਹਾਂ ਹੋ ਸਕਦਾ ਸੋਚ ਕੇ ਦੇਖਿਓ ਛੇਵੇਂ ਪਾਤਸ਼ਾਹ ਜੀ ਦੇ ਸੁਪੁੱਤਰ ਹੋਣ ਐਡੇ ਯੋਧਿਆਂ ਦੇ ਸਾਧ ਸੰਗਤ ਜੀ ਸੁਪੁੱਤਰ ਹੋਣ ਤੇ ਉਹ ਬਹੁਤ ਐਸੀ ਅਵਸਥਾ ਦੇ ਵਿੱਚ ਬੈਠੇ ਹੋਣ ਇਹ ਸਾਧ ਸੰਗਤ ਜੀ ਹੋ ਨਹੀਂ ਸਕਦਾ ਤੇ ਗੁਰਮੁਖੋ ਜਦੋਂ 14 ਸਾਲ ਦੀ ਉਮਰ ਸੀ ਨਾ ਸੱਚੇ ਪਾਤਸ਼ਾਹ ਜੀ ਦਾ ਵਿਆਹ ਕਰ ਦਿੱਤਾ ਵਿਆਹ ਤੋਂ ਬਾਅਦ ਗੁਰਮੁਖੋ ਉਹ ਜੰਗ ਸਿਰਫੀ ਕਹਿੰਦੇ ਕੀਰਤਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਜਦੋਂ ਸਾਧ ਸੰਗਤ ਜੀ ਜੰਗ ਛਿੜੀ ਤੇ ਉੱਥੇ ਸਾਧ ਸੰਗਤ ਜੀ ਜਦੋਂ ਛੇਵੇਂ ਪਾਤਸ਼ਾਹ ਜੀ ਜੰਗ ਦੇ ਮੈਦਾਨ ਦੇ ਵਿੱਚ ਗਏ ਹੋਏ ਨੇ ਨਾ ਤੇ ਸੱਚੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਧ ਸੰਗਤ ਜੀ ਅਜੇ 14 ਸਾਲ ਦੀ ਅਵਸਥਾ ਦੇ ਵਿੱਚ ਸੀ ਬਾਲ ਅਵਸਥਾ ਦੇ ਵਿੱਚ ਸੀ ਤੇ ਉਦੋਂ ਫਿਰ ਘੋੜੇ ਦੇ ਉੱਤੇ ਬੈਠ ਕੇ ਸਾਧ ਸੰਗਤ ਜੀ ਸ੍ਰੀ ਸਾਹਿਬ ਲੈ ਕੇ ਨਾ ਜੰਗ ਦੇ ਮੈਦਾਨ ਦੇ ਵਿੱਚ ਚਲੇ ਗਏ ਸੀ ਉੱਥੇ ਉਹਨਾਂ ਨੇ ਬੜੇ ਜੋਰ ਦਿਖਾਏ ਸਵੇਰ ਤੋਂ ਲੈ ਕੇ ਦੁਪਹਿਰ ਹੋ ਗਈ ਕਹਿੰਦੇ ਜੰਗ ਦੇ ਮੈਦਾਨ ਦੇ ਵਿੱਚ ਵੈਰੀਆਂ ਨੂੰ ਉਹਨਾਂ ਨੇ ਬੜਾ ਮਾਰ ਕੁੱਟ ਕੇ ਭਜਾਇਆ ਸੱਚੇ ਪਾਤਸ਼ਾਹ ਜੀ ਨੇ ਜਦੋਂ ਮਾਰ ਕੁੱਟ ਕੇ ਭਜਾਇਆ ਨਾ ਇੱਧਰ ਸਾਧ ਸੰਗਤ ਜੀ ਮਾਤਾ ਨਾਨਕੀ ਜੀ ਤੇ ਮਾਤਾ ਗੁਜਰ ਕੌਰ ਜੀ ਸਾਧ ਸੰਗਤ ਜੀ ਅਜੇ ਵਿਆਹ ਨੂੰ 1 ਮਹੀਨਾ ਹੀ ਹੋਇਆ ਸੀ ਸੱਚੇ ਪਾਤਸ਼ਾਹ ਜੀ ਦੇ ਉਹ ਕੋਠੇ ਦੇ ਖੜੇ ਉੱਚੀ ਸਾਧ ਸੰਗਤ ਜੀ ਉੱਚੀ ਅਵਸਥਾ ਦੇ ਵਿੱਚ ਉੱਚੇ ਥੜੇ ਦੇ ਉੱਤੇ ਖੜੇ ਵੇਖ ਰਹੇ ਨੇ ਜੰਗ ਦੇ ਸਾਰੇ ਇਸ ਕੌਤਕ ਨੂੰ ਤੇ ਸੱਚੇ ਪਾਤਸ਼ਾਹ ਜੀ ਬੜੇ ਕੌਤਕ ਦਿਖਾ ਰਹੇ ਨੇ ਉੱਥੇ ਵੈਰੀਆਂ ਦੇ ਲਾਂਭੂ ਲਾ ਰਹੇ ਨੇ ਛੋਟੀ ਅਵਸਥਾ ਸੀ ਤੇ ਮਾਤਾ ਜੀ ਨੇ ਸੁਨੇਹਾ ਭੇਜਿਆ ਕਹਿੰਦੇ ਪੁੱਤਰ ਜੀ ਤੁਸੀਂ ਅਜੇ ਬਾਲ ਅਵਸਥਾ ਦੇ ਵਿੱਚ ਉਮਰ ਛੋਟੀ ਹੈ ਤੇ ਆਓ ਤੁਸੀਂ ਹੁਣ ਆਰਾਮ ਕਰ ਲਓ ਕਹਿੰਦੇ ਥੋੜਾ ਸਮਾਂ ਤੁਸੀਂ ਛੋਟੀ ਅਵਸਥਾ ਦੇ ਵਿੱਚ ਹੋ ਤੇ ਆ ਕੇ ਹੁਣ ਆਰਾਮ ਕਰ ਲਓ ਕਹਿੰਦੇ ਬੜਾ ਸਮਾਂ ਹੋ ਗਿਆ ਤੁਹਾਨੂੰ ਜੰਗ ਕਰਦਿਆਂ ਨੂੰ ਤੇ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਤਾ ਕੀ ਜਵਾਬ ਦਿੱਤਾ ਕਹਿੰਦੇ ਮਾਤਾ ਜੀ ਨੂੰ ਜਾ ਕੇ ਇਹ ਸੁਨੇਹਾ ਦੇ ਦਿਓ ਕਿ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਸੂਰਮੇ ਲੜਦੇ ਹੁੰਦੇ ਨੇ ਨਾ ਤੇ ਉਦੋਂ ਫਿਰ ਸਾਧ ਸੰਗਤ ਜੀ ਕਹਿੰਦੇ ਸੂਰਮਾ ਦੋ ਅਵਸਥਾ ਦੇ ਵਿੱਚ ਹੀ ਸਾਧ ਸੰਗਤ ਜੀ ਕਹਿੰਦੇ ਘਰ ਮੁੜਦਾ ਹੁੰਦਾ ਜਾਂ ਤਾਂ ਜੰਗ ਜਿੱਤ ਜਾਵੇ ਤੇ ਜਾਂ ਫਿਰ ਸਾਧ ਸੰਗਤ ਜੀ ਉਹ ਸ਼ਹੀਦੀ ਪ੍ਰਾਪਤ ਕਰ ਲਏ ਦੋ ਅਵਸਥਾ ਦੇ ਵਿੱਚ ਹੀ ਜਿਹੜਾ ਯੋਧਾ ਹੋਇਆ ਕਰਦਾ ਸੂਰਮਾ ਹੋਇਆ ਕਰਦਾ ਉਹ ਜੰਗ ਦੇ ਮੈਦਾਨ ਚੋਂ ਵਿੱਚੋਂ ਆਉਂਦਾ ਨਹੀਂ ਸਾਧ ਸੰਗਤ ਜੀ ਸੂਰਮਿਆਂ ਦਾ ਕੰਮ ਨਹੀਂ ਹੋਇਆ ਕਰਦਾ ਜੰਗ ਦੇ ਮੈਦਾਨ ਦੇ ਵਿੱਚੋਂ ਅੱਧ ਵਿਚਾਲੇ ਛੱਡ ਕੇ ਤੇ ਫਿਰ ਸਾਧ ਸੰਗਤ ਜੀ ਆਪਣੇ ਘਰ ਦੇ ਵਿੱਚ ਜਾ ਕੇ ਬਹਿ ਜੇ ਸੂਰਮਿਆਂ ਦਾ ਕੰਮ ਨਹੀਂ ਤੇ ਛੇਵੇਂ ਪਾਤਸ਼ਾਹ ਜੀ ਦੇ ਪੁੱਤਰ ਹੁਣ ਸਾਧ ਸੰਗਤ ਜੀ ਜੰਗ ਦੇ ਵਿੱਚੋਂ ਫਿਰ ਕਿੱਦਾਂ ਆ ਸਕਦੇ ਨੇ ਇਹ ਉਹਨਾਂ ਦੀ ਅਵਸਥਾ ਹੈ ਜੀਵਨ ਹੈ ਉਹਨਾਂ ਦਾ ਪਿਆਰਿਓ ਆਪਾਂ ਤਾਂ ਫੋਟੋਆਂ ਦੇ ਵਿੱਚ ਦੇਖ ਰਹੇ ਨੇ ਵੀ ਸੱਚੇ ਪਾਤਸ਼ਾਹ ਜੀ ਨੇ ਕਦੇ ਤਲਵਾਰ ਵੀ ਨਹੀਂ ਚਲਾਈ ਹੋਣੀ ਪਰ ਨਹੀਂ ਨਹੀਂ ਸਾਧ ਸੰਗਤ ਜੀ ਬੜੇ ਯੋਧੇ ਸੀ ਉੱਥੇ ਜਦੋਂ ਜੰਗ ਦੀ ਸਮਾਪਤੀ ਹੋਈ ਸੱਚੇ ਪਾਤਸ਼ਾਹ ਜੀ ਨੇ ਫਿਰ
ਤੇਗ ਦੇ ਧਣੀ ਇਹਨਾਂ ਦਾ ਨਾਮ ਰੱਖ ਦਿੱਤਾ ਤੇ ਤੇਗ ਬਹਾਦਰ ਰੱਖ ਦਿੱਤਾ ਸੱਚੇ ਪਾਤਸ਼ਾਹ ਜੀ ਦੇ ਨਾਮ ਇਹਨਾਂ ਦਾ। ਤੇ ਉੱਥੇ ਗੁਰਮੁਖੋ ਬੜੀਆਂ ਖੁਸ਼ੀਆਂ ਸੱਚੇ ਪਾਤਸ਼ਾਹ ਜੀ ਨੂੰ ਪ੍ਰਾਪਤ ਹੋਈਆਂ। ਇੱਕੋ ਇੱਕ ਗੁਰੂ ਪਾਤਸ਼ਾਹ ਜੀ ਹੋਏ ਨੇ ਸਾਧ ਸੰਗਤ ਜੀ, ਜਿਨ੍ਹਾਂ ਦਾ ਜਨਮ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਹੋਇਆ, ਤੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ, ਜਿਨ੍ਹਾਂ ਦਾ ਆਪਾਂ ਸਾਰੇ ਰਲ ਮਿਲ ਕੇ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ। ਸਾਰੀਆਂ ਸੰਗਤਾਂ ਨੂੰ ਉਹਨਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਆਓ ਇੰਨਾ ਕੁ ਸਮਾਂ ਆਪ ਜੀ ਪ੍ਰਵਾਨ ਕਰਿਓ। ਬਹੁਤ ਹੀ ਸਤਿਕਾਰਯੋਗ ਬਾਬਾ ਹਰਬੰਸ ਸਿੰਘ ਜੀ ਬੈਠੇ ਨੇ, ਉਹਨਾਂ ਨੇ ਆਪ ਜੀ ਦੇ ਨਾਲ ਬਚਨ ਸਾਂਝੇ ਕਰਨੇ ਨੇ, ਤੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੰਨੀਆਂ ਕੁ ਬੇਨਤੀਆਂ ਆਪ ਜੀ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀ ਛਤਰ ਛਾਇਆ ਦੇ ਹੇਠ
ਸਤਿਪੁਰਸ਼ਾਂ ਦੀ ਪ੍ਰੇਰਨਾ ਦਾ ਸਦਕਾ, ਮਹਾਂਪੁਰਸ਼ਾਂ ਦੀ ਪ੍ਰੇਰਨਾ ਦਾ ਸਦਕਾ ਹਰ ਕੀਰਤ ਸਾਧ ਸੰਗਤ ਹੈ ਉੱਤਮ ਸਿਰ ਕਰਮਨ ਕੈ ਜਰਮਨ ਕਲਟੁਗਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਹਾਂ ਬਾਪੋਂ ਸਾਰ ਅੱਜ ਆਪਾਂ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਉ ਭਗਤ ਗੁਰਪੁਰਬ ਕਰਨ ਦੇ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਗੁਰਸਿੱਖਾਂ ਤੋਂ ਸਦਕੇ ਜਾਈਏ, ਬਲਿਹਾਰੇ ਜਾਈਏ, ਚੌਖਲੀਏ ਜਾਈਏ, ਟੋਟੇ ਟੋਟੇ ਹੋ ਜਾਈਏ, ਆਪਣਾ ਆਪਾਂ ਨੂੰ ਸ਼ਾਵਰ ਕਰ ਦਈਏ। ਜਿਹੜੇ ਗੁਰੂਆਂ ਦੀ ਜਾਤ ਦੇ ਵਿੱਚ ਪੁਰਬ ਮਨਾਉਂਦੇ ਨੇ, ਦਿਨ ਮਨਾਉਂਦੇ ਨੇ, ਇਸ ਕਾਰਨ ਕਰਕੇ ਸਭ ਤੋਂ ਵੱਡੇ ਭਾਗ ਇਸ ਨਗਰ ਦੇ ਨੇ। ਨਗਰ ਦੇ ਜਿਹੜੀ ਭਾਵ ਕਿ ਇਸ ਸਥਾਨ ਦੀ ਕਮੇਟੀ ਹੈ, ਸੰਗਤਾਂ ਦਾ ਸਹਿਯੋਗ ਹੈ, ਸੇਵਾਦਾਰਾਂ ਦਾ ਸਹਿਯੋਗ ਹੈ। ਜੋ ਗੁਰੂ ਤੇਗ ਬਹਾਦਰ ਮਹਾਰਾਜ ਦੀ ਯਾਦ ਵਿੱਚ ਔਰ ਗੁਰੂ ਅਰਜਨ ਦੇਵ ਮਹਾਰਾਜ ਦੀ ਯਾਦ ਵਿੱਚ ਇਹ ਕੀਰਤਨ ਦਾ ਸਮਾਂ ਨਿਸ਼ਚਿਤ ਕੀਤਾ ਹੈ। ਸਿਉਣੇ ਦੇ ਸੁਹਾਗੇ ਵਾਲੀ ਗੱਲ ਇਹ ਹੈ ਕਿ ਇਸ ਅਸਥਾਨ ਦੇ ਉੱਪਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਚਰਨ ਪਾਏ ਨੇ। ਅਠਸਠ ਤੀਰਥ ਜੈ ਸਾਧ ਭਗਤ ਰਹਿ, ਜਿੱਥੇ ਕੋਈ ਸਾਧੂ ਮਹਾਤਮਾ ਚਰਨ ਧਰਦਾ 68 ਤੀਰਥ ਉੱਥੇ ਨਿਵਾਸ ਕਰਦੇ ਨੇ। ਜਨ ਕੇ ਚਰਨ ਤੀਰਥ ਕੋਟ ਗੰਗਾ, ਗੁਰੂ ਕੇ ਪਿਆਰੇ ਜਿਹੜੇ ਸਾਧੂ ਮਹਾਤਮਾ ਹੁੰਦੇ ਨੇ, ਪਰਮੇਸ਼ਰ ਦੇ ਪਿਆਰੇ, ਉਹਨਾਂ ਦੇ ਚਰਨਾਂ ਦੇ ਵਿੱਚ ਕਰੋੜਾਂ ਗੰਗਾ ਦਾ ਵਾਂਗ ਨਿਵਾਸ ਹੋਇਆ ਕਰਦਾ ਹੈ। ਜਿਨ੍ਹਾਂ ਦੀ ਯਾਦ ਵਿੱਚ ਬੈਠੀਆਂ ਕਿਸੇ ਸਮੇਂ ਉਹਨਾਂ ਨੇ ਇਸ ਜਗ੍ਹਾ ਨੂੰ ਭਾਵ ਲਾਇਆ ਸੀ, ਉਹਨਾਂ ਦੀ ਯਾਦ ਵਿੱਚ ਆਪਾਂ ਬੈਠੀਆਂ। ਰੋਜ਼ਾਨਾ ਦੀ ਅਰਦਾਸ ਹੁੰਦੀ ਹੈ, ਅਰਦਾਸ ਵਿੱਚ ਉਹਨਾਂ ਨੂੰ ਯਾਦ ਕਰਦੇ ਹਾਂ। ਗੁਰੂ ਤੇਗ ਬਹਾਦਰ ਸਿਮਰੀ ਹੈ ਕਰ ਨੌ ਨਿਧੇ ਆਵੈ ਧਾਏ, ਨੌ ਨਿਧੀਆਂ ਨੇ, 18 ਸਿੱਧੀਆਂ ਨੇ, ਇੱਕ ਕਿਸਮ ਦੀਆਂ ਸ਼ਕਤੀਆਂ ਆ ਜਾਂਦੀਆਂ ਨੇ, ਅਣੀਮਾ ਗਣੀਮਾ ਮਹਿਮਾ ਨਗਮਾ, ਦੂਰਦਰਸ਼ਨ ਦੂਰ ਸਰਵਨ ਪਰ ਕਾਇਆ ਪ੍ਰਵੇਸ਼। ਦੂਰਦਰਸ਼ਨ ਸਿੱਧੀ ਹੁੰਦੀ ਹੈ ਨੇਤਰਾਂ ਨੂੰ ਬੰਦ ਕਰ ਲੈਣਾ, ਜਿਵੇਂ TV ਦੇ ਵਿੱਚ ਆਪਾਂ ਦੇਖਦੇ ਹਾਂ ਸਾਰਾ ਕੁਝ ਦਿਸਣ ਲੱਗ ਜਾਂਦਾ, ਕਿਉਂ ਜੋ ਬ੍ਰਹਮ ਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਦਾ ਸਦਕਾ ਦੂਰ ਸਰਵਨ ਸਿੱਧੀ ਹੁੰਦੀ ਆ, ਉਰੇ ਬੈਠੇ ਹਾਂ, ਕਿਸੇ ਦੀ ਗੱਲ ਸੁਣਦੀ ਹੈ, ਸੁਣਨੀ ਹੋਵੇ ਕਰੋੜਾਂ ਕਿਲੋਮੀਟਰ ਦੂਰ ਬੈਠਾ ਹੋਵੇ ਫਿਰ ਵੀ ਸੁਣ ਜਾਵੇਗੀ। ਇੱਥੋਂ ਤੱਕ ਮਨ ਦੇ ਵਿੱਚ ਕੋਈ ਬੋਲਦਾ ਹੈ ਉਹ ਵੀ ਸੁਣ ਜਾਵੇਗੀ, ਇੱਕ ਕਿਸਮ ਦੀ ਸਿੱਧੀ ਹੁੰਦੀ ਹੈ। ਇਤਨਾ ਸੂਖਮ ਸਰੀਰ ਕਰ ਲੈਣਾ ਕਿ ਇਹਨਾਂ ਨੇਤਰਾਂ ਦੇ ਨਾਲ ਦਿਖਾਈ ਨਾ ਦੇਣਾ, ਸਰੀਰ ਨੂੰ ਵੱਡਾ ਕਰ ਲੈਣਾ, ਭਾਰੀ ਕਰ ਲੈਣਾ, ਆਕਾਸ਼ ਵਿੱਚ ਉੱਡਣਾ, ਇਹ ਰਿੱਧੀਆਂ ਸਿੱਧੀਆਂ ਹੋਇਆ ਕਰਦੀਆਂ ਨੇ। ਕਰ ਨੌ ਨਿਧ ਆਵੈ ਧਾਏ, ਧਾਏ ਦਾ ਅਰਥ ਹੁੰਦਾ ਜਿਵੇਂ ਹੜ੍ਹ ਦਾ ਪਾਣੀ ਆਉਂਦਾ, ਹੜ੍ਹ ਆਏ ਬਿਨ ਥੰਮਿਆਂ ਨੂੰ ਨਦ ਨਾਭ ਵਹਾਉਂਦੇ। ਜਿਹੜਾ ਕੋਈ ਪ੍ਰਾਣੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਦਾ ਧਿਆਨ ਕਰਦਾ, ਉਹਦੇ ਜੀਵਨ ਨੂੰ ਪੜ੍ਹਦਾ, ਸੁਣ ਹਰ ਕਥਾ ਉਤਾਰੀ ਮੈਲ, ਗੁਰ ਕੇ ਮੂਰਤ ਮਨ ਮੈਂ ਧਿਆਨ, ਉਹਨਾਂ ਦੀ ਕਰਨੀ ਰੂਪੀ ਮੂਰਤ ਦਾ ਧਿਆਨ ਚਿੰਤਨ ਕਰਦਾ, ਉਹਨਾਂ ਦੇ ਸਰੂਪ ਦਾ ਚਿੰਤਨ ਕਰਦਾ, ਸਾਰੀਆਂ ਰਿੱਧੀਆਂ ਸਿੱਧੀਆਂ ਉਹਦੇ ਪਾਸ ਆਪਣੇ ਆਪ ਆ ਜਾਂਦੀਆਂ ਨੇ। ਨੀ ਬਹੁਤ ਸਾਰੇ ਦੁਨੀਆਂ ਦੇ ਵਿੱਚ ਜਗਿਆਸੂ ਨੇ ਜਿਹੜੇ ਸਿੱਧੀਆਂ ਨੂੰ ਪ੍ਰਾਪਤ ਕਰਨ ਵਾਸਤੇ ਪ੍ਰਾਣਾਯਾਮ ਕਰਦੇ ਨੇ, ਚੌਂਕੜੇ ਮਾਰ ਕੇ ਬੈਠਦੇ ਨੇ, ਪਦਮ ਆਸਣ ਲਾਉਂਦੇ ਨੇ, ਧੂਰੇ ਤਾਪਦੇ ਨੇ, ਪੁੱਠੇ ਲੰਕਦੇ ਨੇ, ਜਟਾਂ ਰੱਖਦੇ ਨੇ, ਸਵਾਹਾਂ ਮਲਦੇ ਨੇ, ਘਰ ਬਾਰ ਛੱਡ ਕੇ ਜੰਗਲਾਂ ਬੀਆਂ ਬਾਨਾਂ ਰੂਹੀਆਂ ਦੇ ਵਿੱਚ ਚੱਲਦੇ ਨੇ। ਪਰ ਗੁਰਸਿੱਖ ਨੂੰ ਬੜੀ ਆਸਾਨੀ ਦੇ ਨਾਲ ਸਾਰਾ ਕੁਝ ਪ੍ਰਾਪਤ ਹੋ ਜਾਂਦਾ,
ਪਰ ਜਿਹੜਾ ਇਨਸਾਨ ਰਿੱਧੀਆਂ ਸਿੱਧੀਆਂ ਦੇ ਵਿੱਚ ਭਾਵ ਕੇ ਫਸ ਜਾਂਦਾ, ਜੇ ਪੂਰਾ ਗੁਰੂ ਨਾ ਮਿਲੇ ਇਹਨਾਂ ਵਿੱਚੋਂ ਕੱਢਣ ਵਾਲਾ, ਦੁਨੀਆਂ ਦੀ ਮਾਇਆ ਨੂੰ ਛੱਡ ਦੇਣਾ, ਘਰ ਪਰਿਵਾਰ ਨੂੰ ਛੱਡ ਦੇਣਾ, ਮਾਇਆ ਨੂੰ ਛੱਡ ਕੇ ਚਲਿਆ ਜਾਣਾ ਬੜਾ ਸੌਖਾ ਹੈ। ਉਸ ਤੋਂ ਬਾਅਦ ਜਦੋਂ ਭਗਤੀ ਕਰਦਾ, ਭਗਤੀ ਕਰਕੇ ਰੂਹਾਨੀਅਤ ਪ੍ਰਾਪਤ ਹੁੰਦੀ ਹੈ, ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਨੇ, ਇਸ ਨੂੰ ਛੱਡਣਾ ਬੜਾ ਹੀ ਮੁਸ਼ਕਲ ਹੋਇਆ ਕਰਦਾ। ਪੂਰਨ ਮਹਾਂਪੁਰਸ਼ ਜਿਹੜੇ ਹੁੰਦੇ ਨੇ ਉਹ ਮਾਰਗ ਦੱਸਦੇ ਨੇ ਵੀ ਇਹਨਾਂ ਨੂੰ ਛੱਡ ਕੇ ਅੱਗੇ ਜਾਣਾ, ਉਹ ਮੰਜ਼ਿਲ ਅਜੇ ਦੂਰ ਹੈ, ਉਹ ਕੱਢ ਲੈਂਦੇ ਨੇ। ਪਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਦਾ ਸਦਕਾ ਇਹਨੀਆਂ ਰਿੱਧੀਆਂ ਸਿੱਧੀਆਂ ਨੇ ਸਹਿਜੇ ਹੀ ਪ੍ਰਾਪਤ ਹੋ ਜਾਂਦੀਆਂ ਨੇ। ਕਾਰਨ ਉਹਨਾਂ ਦੀ ਆਵੈ ਧਾਏ ਸਭ ਥਾਈ ਹੋਏ ਸਹਾਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਿਸ ਤਰ੍ਹਾਂ ਮੱਖਣ ਸਾਹ ਲਵਾਣੀ ਦੀ ਸਹਾਇਤਾ ਕੀਤੀ ਸੀ, ਭਾਈ ਗੁਰਦਾਸ ਜੀ ਕਹਿੰਦੇ ਗੁਰਮੂਰਤ ਕਰ ਧਿਆਨ ਸਦਾ ਹਜ਼ੂਰ ਹੈ, ਗੁਰਮੁਖ ਸ਼ਬਦ ਗਿਆਨ ਨੇੜ ਨਾ ਦੂਰ ਹੈ। ਮੱਖਣ ਸਾਹ ਦਾ ਜਹਾਜ਼ ਫਸਿਆ ਸਮੁੰਦਰ ਦੇ ਵਿੱਚ ਰੇਤੇ ਵਿੱਚ। ਰੇਤੇ ਦਾ ਕਾਨੂੰਨ ਹੈ, ਜਿੰਨਾ ਜਿੰਨਾ ਬੰਦਾ ਰੇਤੇ ਦੇ ਵਿੱਚ ਹਲਦਾ ਇੱਕ ਕਿਸਮ ਦਾ ਲੋਕ ਲੱਗ ਜਾਂਦਾ, ਉੱਥੇ ਇਨਸਾਨ ਫਸ ਜਾਂਦਾ, ਪੈਰ ਫਸ ਜਾਂਦੇ ਨੇ ਰੇਤੇ ਦੇ ਵਿੱਚ, ਦਲਦਲ ਦੇ ਵਿੱਚ ਬੰਦਾ ਧੱਸ ਜਾਂਦਾ। ਉਹਨੇ ਚੇਤੇ ਕੀਤਾ, ਗੁਰੂ ਮਹਾਰਾਜ ਜੀ ਬਕਾਲੇ ਬੈਠੇ ਸੀ, ਆਪਣੀ ਆਤਮਕ ਛਤਿਆ ਦੇ ਨਾਲ ਜਾ ਕੇ ਉਹਦਾ ਜਿਹੜਾ ਵਿਹੜਾ ਸੀ ਮੋਢਾ ਲਾ ਕੇ ਪਾਰ ਕਰ ਦਿੱਤਾ। ਸਭ ਥਾਈ ਹੋਏ ਸਹਾਏ, ਇਹ ਨਹੀਂ ਵੀ ਇਕੱਲਾ ਇਸ ਲੋਕ ਦੇ ਵਿੱਚ ਸਹਾਇਤਾ ਕਰਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ। ਜੈ ਮਾਤ ਪਿਤਾ ਸੁਖਮੀਤ ਨਾ ਭਾਈ, ਮਨ ਪੂਮਾ ਨਾਮ ਤੇਰੇ ਸੰਗ ਸਹਾਈ। ਨਾਮ ਵੀ ਸਹਾਇਤਾ ਕਰਦੇ ਤੇ ਗੁਰੂ ਸਾਹਿਬ ਵੀ ਪ੍ਰਲੋਕ ਵਿੱਚ ਜੀਵ ਦੀ ਸਹਾਇਤਾ ਕਰਦੇ ਨੇ। ਐਸੀ ਸਮਰੱਥਾ ਬਖਸ਼ਣ ਵਾਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਉਹ ਨੌ ਨਿਧੀਆਂ 18 ਸਿੱਧੀਆਂ ਦੇ ਖਜ਼ਾਨੇ ਦੇਣ ਵਾਲੇ ਹਨ। ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਗਤ ਜਲੰਧੇ ਨੂੰ ਤਾਰਦੇ ਹੋਏ ਪੰਜਾਬ ਦੇ ਵਿੱਚੋਂ ਜਦੋਂ ਪੂਰਬ ਦਿਸ਼ਾ ਵੱਲੋਂ ਉਹਨਾਂ ਨੇ ਆਪਣਾ ਪਿਆਨਾ ਕੀਤਾ, ਮੋਹਪਤ ਪੂਰਬ ਪੀਏ ਧਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਤਵੀ ਜਾਤ ਸਰਵੇਨੀ ਭਏ। ਇੱਧਰੋਂ ਗੁਰੂ ਸਾਹਿਬ ਨੇ ਯਾਤਰਾ ਪ੍ਰਾਰੰਭ ਕੀਤੀ ਸੀ ਤੀਰਥਾਂ ਨੂੰ ਸੱਤਿਆ ਦੇਣ ਵਾਸਤੇ। ਜਿਵੇਂ ਬੈਟਰੀਆਂ ਡਾਊਨ ਹੋ ਜਾਂਦੀਆਂ ਨੇ, ਗੁਰੂ ਸਾਹਿਬ ਤਤਵੇ ਅਤੇ ਮਹਾਤਮਾ ਤੀਰਥਾਂ 'ਤੇ ਜਦੋਂ ਚਰਨ ਪਾਉਂਦੇ ਨੇ ਉਹ ਚਾਰਜ ਹੋ ਜਾਂਦੇ ਨੇ, ਉਹਨਾਂ ਵਿੱਚ ਸੱਤਿਆ ਆ ਜਾਂਦੀ ਹੈ। ਇਸ ਤਰੀਕੇ ਨਾਲ ਗੁਰੂ ਸਾਹਿਬ ਜੀ ਤੀਰਥਾਂ 'ਤੇ ਗਏ, ਦਾਨ ਪੁੰਨ ਕੀਤਾ, ਉਹਨਾਂ ਨੇ ਇਹ ਰੀਤ ਚਲਾਈ ਕਿ ਮਾਇਆ ਮੋਹ ਦੇ ਵਿੱਚੋਂ ਨਿਰਲੇਪ ਰਹਿਣਾ, ਦਸਵੰਧ ਦੇਣਾ। ਸ਼੍ਰੀਤੀ ਵਿੱਚ ਗੁਰੂ ਸਾਹਿਬ ਜੀ ਗਏ, ਜਾਂਦੇ ਜਾਂਦੇ ਗੁਰੂ ਸਾਹਿਬ ਜੀ ਧੰਨ ਧਾਨ ਸਾਹਿਬ ਪਹੁੰਚੇ। ਉੱਥੇ ਫਿਰ ਸੰਗਤਾਂ ਨੇ ਆਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਫੁੱਲ ਦੇ ਵਿੱਚ ਸੁਗੰਧੀ ਹੋਵੇ ਭੌਰੇ ਆ ਜਾਂਦੇ ਨੇ। ਇਸ ਤਰ੍ਹਾਂ ਜਗਿਆਸੂ ਰੂਪੀ ਜਿਹੜੇ ਭੌਰੇ ਸੀ ਗੁਰੂ ਮਹਾਰਾਜ ਦੇ ਪਾਸ ਆਉਣੇ ਸ਼ੁਰੂ ਹੋ ਗਏ, ਕਿਉਂਕਿ ਅਨੇਕਾਂ ਸਾਧੂ ਮਹਾਤਮਾ ਦੀਆਂ ਮੰਡਲੀਆਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਲ ਵਿਚਰਿਆ ਕਰਦੀਆਂ ਸੀ। ਜਦੋਂ ਉਹਨਾਂ ਦੀ ਬਾਣੀ ਨੂੰ ਪੜ੍ਹਦੇ ਹਾਂ ਅਨੇਕਾਂ ਥਾਵਾਂ 'ਤੇ ਉਹਨਾਂ ਦੇ ਜਿਹੜੇ ਸ਼ਬਦ ਨੇ ਇਸੇ ਵਿਸ਼ੇ ਵਿੱਚ ਆਉਂਦੇ ਨੇ। ਸਾਧੋ ਇਹੋ ਮਨ ਬਹਿਓ ਨਾ ਜਾਏ, ਚੰਚਲ ਕ੍ਰਿਸ਼ਨਾ ਸੰਗ ਵਸਤੈ ਤਾਤੇ ਰਿਹੋ ਰਝਾਈ। ਸਾਧੋ ਮਨ ਦਾ ਮਾਨ ਤਿਆਗੋ, ਕਾਮ ਕਰੋ ਸੰਗਤ ਦੁਰਜਨ ਕੀ ਤਾਤੇ ਅਹਿਰ ਸੰਭਾਗੋ। ਇਸ ਤਰੀਕੇ ਨਾਲ ਭਾਵ ਕੇ ਜਿਹੜੇ ਅਧੂਰੇ ਸਾਧੂ ਸੀ, ਬਾਣਾ ਕਹਿੰਦੇ ਸੀ ਰੱਬ ਨੂੰ ਮਿਲਣ ਦੇ ਅਵਲਾਖੀ ਸੀ, ਉਹ ਬੇਨਤੀਆਂ ਕਰਦੇ ਕਿ ਸਾਨੂੰ ਵੀ ਕੋਈ ਯੁਕਤੀ ਦੱਸੋ। ਫਿਰ ਗੁਰੂ ਮਹਾਰਾਜ ਜੀ ਉਹਨਾਂ ਨੂੰ ਯੁਕਤੀ ਦੱਸਦੇ ਸੀ ਕਿ ਇਸ ਤਰ੍ਹਾਂ ਪ੍ਰਭੂ ਦੀ ਪ੍ਰਾਪਤੀ ਹੈ। ਬਹੁਤ ਨਿਰਮਲੇ ਮਹਾਤਮਾ ਉਹਨਾਂ ਦੇ ਨਾਲ ਵਿਚਰਦੇ ਸੀ, 500-500 ਸਾਧੂ ਹੋ ਜਾਇਆ ਕਰਦਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ। ਧੰਮ ਧਾਮ ਸਾਹਿਬ ਪਹੁੰਚੇ, ਉਹ ਅਸਥਾਨ ਉਹ ਤੀਰਥ। ਜੇ ਆਪਾਂ ਹਜ਼ੂਰ ਸਾਹਿਬ ਦੀ ਯਾਤਰਾ ਕਰਨੀ ਹੋਵੇ ਤੇ ਪਹਿਲਾਂ ਆਪਣੀ ਹਾਜ਼ਰੀ ਧੰਮ ਧਾਮ ਸਾਹਿਬ ਲੱਗਦੀ ਹੈ, ਉੱਥੇ ਯਾਤਰਾ 'ਤੇ ਜਾਵੇਗਾ, ਫਿਰ ਉਹਦੀ ਹਜ਼ੂਰ ਸਾਹਿਬ ਦੀ ਜਿਹੜੀ ਯਾਤਰਾ ਪ੍ਰਵਾਨ ਹੋਵੇਗੀ।
ਉੱਥੇ ਜਦੋਂ ਪਹੁੰਚੇ ਗੁਰੂ ਸਾਹਿਬ ਜੀ ਦੇ ਨਾਲ ਮਾਤਾ ਨਾਨਕੀ ਜੀ ਨੇ, ਮਾਮਾ ਕਿਰਪਾਲ ਚੰਦ ਜੀ ਵੀ ਨੇ, ਮਾਤਾ ਗੁਜਰੀ ਵੀ ਜੀ ਨੇ, ਹੋਰ ਪਰਿਵਾਰ ਵੀ ਹੈ, ਬਹੁਤ ਸਾਰੀਆਂ ਸੰਗਤਾਂ ਨੇ। ਧੰਮਧਾਮ ਸਾਹਿਬ ਪਹੁੰਚੇ, ਇਲਾਕੇ ਦੀਆਂ ਸੰਗਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਲੰਗਰ ਚੱਲਣੇ ਸ਼ੁਰੂ ਹੋ ਜਾਂਦੇ ਨੇ। ਇਸ ਤਰ੍ਹਾਂ ਗੁਰੂ ਮਹਾਰਾਜ ਦੀ ਸੰਗਤ ਵਿੱਚ ਇੱਕ ਸਿੱਖ ਆਇਆ, ਉਹਦਾ ਨਾਂ ਸੀ ਮੀਹਾਂ। ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹਦਾ ਨਾਮ ਮੀਹਾਂ ਰੱਖਿਆ ਸੀ, ਉਹਦੀ ਕਰਨੀ ਨੂੰ ਦੇਖ ਕੇ ਰੱਖਿਆ ਸੀ। ਉਹਨੇ ਆ ਕੇ ਗੁਰੂ ਦੀ ਲੰਗਰ ਦੀ ਜਿਹੜੀ ਸੇਵਾ ਸੀ ਉਹ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਗੁਰੂ ਦਾ ਜਿਹੜਾ ਕਾਨੂੰਨ ਹੈ, ਗੁਰੂ ਦਾ ਜਿਹੜਾ ਫਰਜ਼ ਹੈ, ਘਾਲ ਨਾ ਭਾਨਾ ਹੈ, ਅੰਤਰ ਵਿਦ ਜਾਣਾ ਹੈ, ਤਾਂ ਕਿ ਕਰ ਮਨ ਸੇਵਾ ਕਰ ਪੂਜਾ ਹੋਮ ਜਹ ਮਨੁਆ ਅਕਾਲ ਮੂਰਤ ਗੁਰਦੇਵਾ, ਇੱਕ ਤਿਲ ਨਹੀਂ ਭੰਨਿਆ ਘਾਲੇ। ਜਿਹੜਾ ਗੁਰੂ ਹੈ ਆਪਣੇ ਸੇਵਕ ਦੀ ਜਿਹੜੀ ਘਾਲ ਕਮਾਈ ਹੈ ਉਹਨੂੰ ਰਿਚਕ ਮਾਤਰ ਵੀ ਬਿਰਥਾ ਨਹੀਂ ਜਾਣ ਦਿੰਦਾ, ਘਾਲ ਨਾ ਭਾਨਾ ਅੰਤਰ ਵਿਦ ਜਾਣਾ। ਸਿੱਖ ਦੇ ਮਨ ਦੀ ਜਾਣਦਾ ਵੀ ਸਿੱਖ ਕਿਉਂ ਸੇਵਾ ਕਰਦਾ, ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਕਹਿਆ ਹੁਕਮ ਫਰਮਾਏ ਜੀ। ਇਸ ਕਾਰਨ ਕਰਕੇ ਉਹਦੀ ਜਿਹੜੀ ਸੇਵਾ ਕੀਤੀ ਹੈ, ਘਾਲ ਨਾ ਭਾਨਾ ਅੰਤਰ ਵਿਦ ਜਾਣਾ, ਤਾਂ ਕਿ ਕਰ ਮਨ ਸੇਵਾ ਕਰ ਪੂਜਾ ਹੋਮ ਇਹ ਮਨੁਆ, ਭਾਵ ਕੇ ਮਨ ਵਿੱਚ ਹੈ ਸਤਿਗੁਰ ਕਾ ਪਾ, ਜਿਵੇਂ ਹਵਨ ਦੇ ਵਿੱਚ ਘਿਓ ਪਾ ਕੇ ਘਿਓ ਨੂੰ ਸਾੜ ਦਿੱਤਾ ਜਾਂਦਾ, ਅੱਗ ਪ੍ਰਚੰਡ ਕੀਤੀ ਜਾਂਦੀ ਹੈ, ਅੱਗ ਦਾ ਭਾਂਬੜ ਨਿਕਲਦਾ, ਇਸੇ ਤਰੀਕੇ ਦੇ ਨਾਲ ਗੁਰੂ ਦੇ ਅੱਗੇ ਆਪਣੇ ਮਨ ਨੂੰ ਅਰਪਣ ਕਰ ਦੇਣਾ, ਅੰਦਰੋਂ ਗਿਆਨ ਪ੍ਰਾਪਤ ਹੁੰਦਾ, ਮਨ ਵਿੱਚ ਹੈ ਸਤਿਗੁਰ ਕਾ ਪਾਸ ਅਤੇ ਸੇਵਕ ਕਾਰਜ ਰਾਸ। ਤੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਆਰਾਮ ਲਿਆ ਹੈ ਬੋਲ, ਐਸੇ ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ। ਐਸੇ ਤੱਤ ਬੇਤਿਆਂ ਦੇ ਨਾਲ ਉਹਨਾਂ ਦੀਆਂ ਦੱਸੀਆਂ ਹੋਈਆਂ ਜੁਗਤੀਆਂ ਦੇ ਮੁਤਾਬਕ ਜੋ ਵੀ ਪ੍ਰਾਣੀ ਸੇਵਾ ਕਰਦਾ ਹੈ ਉਹਦਾ ਲੋਕ ਵੀ ਸੁਖੀ ਅਤੇ ਉਹਦਾ ਪ੍ਰਲੋਕ ਸਹੇਲਾ ਹੋ ਜਾਇਆ ਕਰਦਾ ਹੈ। ਗੁਰੂ ਦੀਆਂ ਜਿਹੜੀਆਂ ਸੇਵਾਵਾਂ ਨੇ ਇਹਨਾਂ ਦੀਆਂ ਬਰਕਤਾਂ ਬਹੁਤ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਸਹਿਸਕ੍ਰਿਤੀ ਵਿੱਚ ਕਥਨ ਕਰਦੇ ਨੇ, ਗੁਰ ਸੇਵਾ ਕੀ ਨਾ ਲੱਭੇ, ਅਤੇ ਗੁਰੂ ਦੀ ਸੇਵਾ ਦੇ ਵਿੱਚੋਂ ਕਹਿੰਦੇ ਕੀ ਨਹੀਂ ਲੱਭਦਾ, ਸਭ ਕੁਛ ਲੱਭ ਜਾਂਦਾ, ਪਰਮੇਸ਼ੁਰ ਦੀ ਪ੍ਰਾਪਤੀ ਹੋ ਜਾਂਦੀ, ਪਿੱਛੇ ਕੁਝ ਰਹਿ ਨਹੀਂ ਗਿਆ। ਪਰਮੇਸ਼ੁਰ ਬ੍ਰਹਮ ਗਿਆਨ ਦੇ ਦਾਤ ਦੇ ਦਿੰਦਾ, ਜਿਹਨਾਂ ਜਿਹਨਾਂ ਨੇ ਵੀ ਗੁਰੂ ਘਰ ਦੀ ਸੇਵਾ ਕੀਤੀ ਹੈ, ਪ੍ਰੇਮ ਅਤੇ ਨਿਮਰਤਾ ਦੇ ਨਾਲ ਹੰਕਾਰ ਨੂੰ ਤਿਆਗ ਕੇ। ਗੁਰੂ ਸਾਹਿਬ ਇੱਕ ਰੰਚਕ ਮਾਤਰ ਵੀ ਉਹਦੀ ਘਾਲ ਨੂੰ ਵਿਰਥਾ ਨਹੀਂ ਜਾਣ ਦਿੰਦਾ, ਉਹਦਾ ਲੋਕ ਵੀ ਸੁਖੀ ਪ੍ਰਲੋਕ ਸਹੇਲਾ ਕਰ ਦਿੰਦਾ। ਭਾਈ ਮੀਹੇ ਨੇ ਕਰਨੀ ਸੇਵਾ ਸ਼ੁਰੂ ਕਰਤੀ, ਸੇਵਾ ਦੇ ਮਹਾਤਮ ਦਾ ਪਤਾ ਹੈ, ਅਤੇ ਨਾਲੇ ਉਸ ਨੂੰ ਇਹ ਵੀ ਪਤਾ ਭਈ ਪ੍ਰਾਪਕ ਮਾਨਕ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰਾ ਕੀਤਾ ਨਕਾਮ, ਮੇਰੇ ਸਾਧ ਸੰਗਤ ਭੱਜ ਕੇ ਵਲ ਨਾਮ, ਕਿ ਮਨੁੱਖਾ ਦੇਹੀ ਮਿਲੀਏ ਇਸ ਨੂੰ ਸਫਲਾ ਕਰਨਾ। ਉਹਨਾਂ ਨੇ ਸੇਵਾ ਪ੍ਰਾਰੰਭ ਕੀਤੀ, ਸੇਵਾਵਾਂ ਦੇ ਵਿੱਚੋਂ ਜਿਵੇਂ ਗੁਰੂ ਘਰ ਦੇ ਵਿੱਚ ਅਨੇਕਾਂ ਕਿਸਮਾਂ ਦੀਆਂ ਸੇਵਾਵਾਂ ਨੇ, ਸਮੇਂ ਸਮੇਂ ਦੇ ਲਿਹਾਜ਼ ਨਾਲ ਸੇਵਾਵਾਂ ਵਿੱਚ ਤਬਦੀਲੀ ਆਉਂਦੀ ਹੈ, ਬਦਲਦੀਆਂ ਰਹਿੰਦੀਆਂ ਨੇ। ਜਿਵੇਂ ਗੁਰਬਾਣੀ ਦੇ ਵਿੱਚ ਅਨੇਕਾਂ ਥਾਵਾਂ 'ਤੇ ਵੇਰਵਾ ਆਉਂਦਾ ਹੈ, ਪੱਖਾ ਫੇਰੀ ਪਾਣੀ ਧੋਵਾਂ ਹਰ ਜਨ ਕੈ ਪੀਸਣ ਪੀਸ ਕਮਾਵਾਂ, ਨਾਨਕ ਕੀ ਪ੍ਰਭ ਪਾਸ ਬਨੰਤੀ ਤੇਰੇ ਜਨ ਦੇਖਣ ਪਾਵਾਂ। ਇਹ ਤਿੰਨ ਸੇਵਾਵਾਂ ਦੱਸੀਆਂ ਨੇ ਬੜੀਆਂ ਸਖ਼ਤ, ਜਿਹੜੀਆਂ ਪੁਰਾਣੇ ਸਮਿਆਂ ਵਿੱਚ ਗੁਰੂ ਘਰਾਂ ਦੇ ਵਿੱਚ ਕੀਤੀਆਂ ਜਾਂਦੀਆਂ ਸੀ। ਪੱਖਾ ਫੇਰੀ ਭਾਵ ਕਿ ਜਦੋਂ ਗਰਮੀਆਂ ਦੇ ਵਿੱਚ ਕਥਾ ਕੀਰਤਨ ਹੁੰਦੇ, ਦਿਨ ਦੇ ਵਿੱਚ ਹੁੰਦੇ, ਰਾਤ ਦੇ ਵਿੱਚ ਹੁੰਦੇ, ਦਾਸ ਨੇ ਵੀ ਆਪਣੀ ਅੱਖਾਂ ਦੇ ਨਾਲ ਦੇਖਿਆ ਸਨ 90 ਦੇ ਏੜੇ ਗੇੜ ਵਿੱਚ, ਭਾਵ ਕਿ ਸੰਗਤਾਂ ਨੂੰ ਉਸ ਵਕਤ ਪੱਖਾ ਝੱਲਿਆ ਕਰਦੀਆਂ ਸੀ, ਸੰਗਤਾਂ ਬੜੀਆਂ ਸੇਵਾਵਾਂ ਕਰਦੀਆਂ ਸੀ। ਅੱਜ ਉਹ ਸੇਵਾ ਜਿਹੜੀ ਹੈ ਤਕਰੀਬਨ ਜੀਵਰੋ ਮਾਤਰ ਹੈ, ਪੱਖੇ ਲੱਗੇ ਨੇ ਬਿਜਲੀ ਦੇ, ਇੱਕ ਵੀ ਜਗਿਆਸੂ ਨਹੀਂ ਹੈ ਪੱਖਾ ਝੱਲਣ ਵਾਲਾ। ਪੱਖਾ ਫੇਰੀ ਪਾਣੀ ਢੋਵਾਂ, ਪੁਰਾਣੇ ਸਮਿਆਂ ਦੇ ਵਿੱਚ ਪਾਣੀ ਢੋਣ ਦੀ ਸੇਵਾ ਗੁਰੂ ਘਰ ਦੇ ਵਿੱਚ ਬਹੁਤ ਹੋਇਆ ਕਰਦੀ ਸੀ।
ਜਿੱਥੇ ਕਿਤੇ ਵੀ ਗੁਰੂ ਸਾਹਿਬ ਨਿਵਾਸ ਰੱਖਦੇ ਸੀ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇਕੱਤਰ ਹੁੰਦੀਆਂ ਸੀ ਉੱਥੇ। ਫਿਰ ਸੰਗਤਾਂ ਦੇ ਵਾਸਤੇ ਲੰਗਰ ਬਣਨਾ, ਲੰਗਰ ਵਿੱਚ ਪਾਣੀ ਪਹੁੰਚਾਉਣਾ, ਖੂਹਾਂ ਦੇ ਵਿੱਚੋਂ ਕੱਢਣਾ, ਔਰ ਇਸੇ ਤਰ੍ਹਾਂ ਫਿਰ ਘੋੜੇ ਹੋਇਆ ਕਰਦੇ ਸੀ, ਬਾਹਾਂ 'ਤੇ ਆਇਆ ਕਰਦੀਆਂ ਸੀ ਸੰਗਤ, ਘੋੜਿਆਂ ਨੂੰ ਪਾਣੀ ਪਿਆਉਣਾ, ਪਾਣੀ ਸਿੱਟਣਾ। ਇਸ ਤੋਂ ਇਲਾਵਾ ਫਿਰ ਸੂਰਜ ਪ੍ਰਕਾਸ਼ ਵਿੱਚ ਇਹ ਵੀ ਵੇਰਵਾ ਆਉਂਦਾ ਹੈ ਕਿ ਸਿਆਲਾਂ ਦੇ ਵਿੱਚ ਜਿਹੜੇ ਗੁਰਸਿੱਖ ਹੁੰਦੇ ਸੀ ਵੱਡੇ ਵੱਡੇ ਬਟੋਹਿਆਂ ਦੇ ਵਿੱਚ, ਕੜਾਹਿਆਂ ਦੇ ਵਿੱਚ, ਦੇਗਿਆਂ ਦੇ ਵਿੱਚ ਪਾਣੀ ਗਰਮ ਕਰਿਆ ਕਰਦੇ ਸੀ, ਵੱਡੇ ਵੱਡੇ ਖੁੰਡ ਲਾ ਦੇਣੇ, ਥੱਲੇ ਲੱਕੜਾਂ ਲਾ ਦੇਣੀਆਂ, ਗਰਮ ਕਰਿਆ ਕਰਦੇ ਸੀ ਪਾਣੀ। ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੇ ਨੇ ਤੈਸਾ ਫਲ ਸਿੱਖ ਕੋ ਇੱਕ ਸ਼ਬਦ ਸਿਖਾਇਕਾ। ਇਸੇ ਤਰੀਕੇ ਨਾਲ ਸਿੱਖਾਂ ਨੂੰ ਨਵਾਉਣ ਦਾ ਜਿਹੜਾ ਮਹਾਤਮ ਭਾਈ ਗੁਰਦਾਸ ਜੀ ਨੇ ਬਾਤ ਸਵਈਆਂ ਦੇ ਵਿੱਚ ਲਿਖਿਆ ਹੈ, ਭਾਵ ਕਿ ਉਹ ਸੇਵਾ ਕਰਿਆ ਕਰਦੇ ਸੀ, ਇਸ਼ਨਾਨ ਪਾਣੀ ਕਰਾਉਣ ਦੀ, ਪਾਣੀ ਦੀ ਬਹੁਤ ਵੱਡੀ ਸੇਵਾ ਹੋਇਆ ਕਰਦੀ, ਪੱਖਾ ਫੇਰੀ ਪਾਣੀ ਧੋਵਾ ਹਰ ਜਨ ਕੇ ਪੀਸਣ ਪੀਸ ਕਮਾਵਾਂ। ਅੱਜ ਦੇ ਸਮੇਂ ਵਿੱਚ ਮੋਟਰਾਂ ਲੱਗੀਆਂ ਨੇ, ਕੜਾਹਿਆਂ ਦੇ ਉੱਪਰ ਟੂਟੀਆਂ ਲੱਗੀਆਂ ਨੇ, ਕਿਸੇ ਪਾਸੇ ਜਾਣ ਦੀ ਲੋੜ ਨਹੀਂ, ਜਿੰਨੇ ਪਾਣੀ ਦੀ ਲੋੜ ਆ ਉਨਾ ਪਾਣੀ ਉਪਲਬਧ ਹੈ, ਉਨਾ ਮਿਲ ਜਾਂਦਾ ਹੈ। ਵੀ ਸੇਵਾ ਜੀਰੋ ਮਾਤਰ ਹੈ, ਬਹੁਤ ਘੱਟ ਚੁੱਕੀ ਹੈ ਸੇਵਾ। ਹਰ ਜਨ ਕੈ ਪੀਸਣ ਪੀਸ ਕਮਾਵਾਂ। ਪੁਰਾਣੇ ਸਮਿਆਂ ਵਿੱਚ ਸੇਵਾ ਹੁੰਦੀ ਸੀ ਚੱਕੀਆਂ ਪੀਹਣ ਦੀ, ਜਿਹੜੀਆਂ ਬਜ਼ੁਰਗ ਮਾਤਾਵਾਂ ਨੇ ਉਹਨਾਂ ਨੂੰ ਸਾਰਾ ਕੁਛ ਪਤਾ, ਆਪਣੇ ਹੱਥਾਂ ਦੇ ਨਾਲ ਵੀ ਉਹਨਾਂ ਨੇ ਸੇਵਾਵਾਂ ਕੀਤੀਆਂ ਹੋਣੀਆਂ ਗੁਰੂ ਘਰਾਂ ਦੇ ਵਿੱਚ। ਹੁਣ ਬਿਜਲੀ ਦੀਆਂ ਮੋਟਰਾਂ ਲੱਗੀਆਂ ਨੇ, ਬੜੀਆਂ ਬੜੀਆਂ ਚੱਕੀਆਂ ਨੇ, ਘਰਾਂ ਵਿੱਚ ਵੀ ਲੋਕ ਇੱਕ ਮਹੀਨੇ ਦਾ ਆਟਾ ਇਕੱਠਾ ਕਰਕੇ ਰੱਖ ਲੈਂਦੇ ਨੇ। ਗੁਰੂ ਘਰਾਂ ਦੇ ਵਿੱਚ ਵੀ ਮਸ਼ੀਨਾਂ ਨਾਲ ਸਮਾਰਿਆ ਜਾਂਦਾ, ਪੀਣਾ ਕਣਕ ਸਮਾਰੀ ਜਾਂਦੀ ਹੈ, ਉਸਨੂੰ ਗੱਡੀਆਂ ਦੇ ਰਾਹੀਂ ਚੱਕੀਆਂ ਵਿੱਚ ਲਿਜਾਇਆ ਜਾਂਦਾ, ਉੱਥੇ ਪੀਸ ਦਿੱਤਾ ਜਾਂਦਾ, ਚੁੱਕ ਲਿਆਂਦਾ ਜਾਂਦਾ। ਇਹ ਵੀ ਸੇਵਾ ਬਹੁਤ ਘੱਟ ਚੁੱਕੀ ਹੈ। ਪੁਰਾਣੇ ਸਮੇਂ ਵਿੱਚ ਸੱਜਾਂ ਦੇ ਨਾਲ ਛੰਡਣਾ, ਝਾੜਨਿਆਂ ਦੇ ਨਾਲ ਝਾੜਨਾ, ਔਰ ਉਸਨੂੰ ਚੱਕੀਆਂ ਦੇ ਵਿੱਚ ਪਾ ਕੇ ਪੀਸਣਾ, ਜਿਵੇਂ ਵਿਸਾਖੀ ਦਾ ਜੋੜ ਮੇਲਾ ਹੋਇਆ ਕਰਦਾ ਸੀ ਗੁਰੂ ਘਰ ਦੇ ਵਿੱਚ। ਅਨੇਕਾਂ ਬੀਬੀਆਂ, ਭੈਣਾਂ ਵਾਂ, ਮਾਤਾਵਾਂ ਗੁਰੂ ਅਸਥਾਨਾਂ 'ਤੇ ਜਾ ਕੇ ਸੈਂਕੜੇ ਚੱਕੀਆਂ ਚੱਲਦੀਆਂ ਸੀ, ਫਿਰ ਉਹਨਾਂ ਨੂੰ ਚੱਕੀਆਂ ਨੂੰ ਪੀਹਾ ਕਰਦੇ ਸੀ ਆਪਣੇ ਹੱਥਾਂ ਦੇ ਨਾਲ, ਇੱਕ ਕਿਸਮ ਦਾ ਤਪ ਕਰਦੀਆਂ ਸੀ, ਫਿਰ ਉਹ ਆਟਾ ਲੰਗਰ ਦੇ ਵਿੱਚ ਵਰਤਾਇਆ ਜਾਂਦਾ ਸੀ ਅਤੇ ਸੇਵਾ ਕਰਦੇ ਕਰਦੇ ਉਹ ਜਾਪ ਕਰਿਆ ਕਰਦੇ ਸੀ। ਅੱਜ ਦੇ ਸਮੇਂ ਵਿੱਚ ਇਹ ਸੇਵਾਵਾਂ ਤਕਰੀਬਨ ਖਤਮ ਹੋ ਚੁੱਕੀਆਂ ਨੇ। ਸੋ ਗੁਰਸਿੱਖ ਮੀਤ ਚਲੋ ਗੁਰਚਾਲੇ, ਭਾਈ ਮੀਆਂ ਜੀ ਨੇ ਸੇਵਾ ਕਰਨਾ।